ਟ੍ਰੇਨ ਆਪਣੀ ਬਹੁਤ ਜਿਆਦਾ ਘੈਂਟ ਆਪਾਂ ਉਧਰ ਛੇ ਸੱਤ ਅੱਠ ਕੈਮਰੇ ਨੇ ਇੱਥੇ ਬਸ ਗਰਮੀਆਂ ਚ ਰੋਟੀ ਖਾਣ ਲੱਗੇ ਆ, ਰੋਟੀ ਖਾ ਕੇ ਤੇ ਟਾਈਮ ਹੋ ਗਿਆ 3 ਵਜ ਗਏ ਆ ਤੇ ਆਪਾਂ 7 ਵਜੇ ਘਰੋਂ ਨਿਕਲ ਜਾਣਾ 4 ਘੰਟੇ ਤੱਕ। ਵਾਪਸ ਨੀ ਆਉਣਾ ਮੈਂ, ਜੁੱਤੀ ਨਾ ਹੋਈ ਬਕਵਾਸ ਨੀ ਕਰੀ ਦਿੰਦੀ, ਵਾਹਿਗੁਰੂ ਕਹਿ ਕੇ ਜਾਈਦਾ। ਤਾਂ ਫਿਰ ਤੁਸੀਂ ਵੀ ਚੁੱਪ ਕਰੋ, ਵਾਹਿਗੁਰੂ ਕਹਿ ਕੇ ਵਲੌਗ ਸ਼ੁਰੂ ਕਰੀਦਾ। ਰੋਜ਼ੀ ਰੋਟੀ ਆ, ਰੋਜ਼ੀ ਰੋਟੀ ਤੁਸੀਂ ਕਮਾ ਕੇ ਦਿੱਤੀ ਆ। ਠੀਕ ਆ, ਤਾਂ ਹੁਣ ਆਪਾਂ ਬਸ ਥੋੜ੍ਹਾ ਆਪਣਾ ਥੋੜ੍ਹਾ ਸਮਾਨ ਰਹਿ ਗਿਆ ਸੀ ਜਦੋਂ BMS ਗਏ ਆਪਾਂ ਕੱਪੜੇ ਲੈਣ, ਤੇ ਟੋਪੀ, ਐਨਕਾਂ ਤੇ 2-3 ਸ਼ਲਟਰ ਮੀਜ਼ਾਂ ਰਹਿ ਗਈਆਂ ਸੀਗੀਆਂ, ਉਹ ਲੈਣ ਗਿਆ ਰਾਜਾ ਤੇ ਸਾਬੀ ਵੀ। ਹਾਏ ਮੈਂ ਮਰ ਜਾ, 40,000 ਚ ਵੀ ਨਹੀਂ ਤੇਰੇ ਕੱਪੜੇ ਪੂਰੇ ਹੋਏ। ਗਗਨ ਮੈਂ ਯੂਪੀ ਵਿਆਹ ਜਾਣਾ ਤੇ 20,000 ਚ ਜਾਣਾ। ਚੁੱਪ ਤੇ ਨਾਲ ਮੇਰੇ ਕੁੜੀ ਵੀ ਜਾਣੀ। ਚੁੱਪ ਤੇ ਉਹ ਲੈਣ ਗਿਆ ਰਾਜਾ ਹੁਣ, ਤੇ ਉਹ ਲੈ ਕੇ ਆਉਂਦਾ ਫਿਰ ਪੈਕ ਕਰਦੇ, ਪੈਕਿੰਗ ਸਾਰੀ ਰਹਿੰਦੇ ਅਟੈਚੀ ਮੈਂ ਥੱਲੇ ਲੈ ਆਇਆ। ਗਰਮੀ ਓ ਯਾਰ ਠੀਕ ਆ, ਖਾਦੋ ਯਾਰ ਬੋਲੀ ਜਾਂਦੇ, ਜਾਓ ਯਾਰ ਚਾਹ ਬਣਾਓ ਜਾ ਕੇ ਤੁਸੀਂ। ਚਾਹ ਬਣੀ ਆ, ਸਾਬੀ ਹੋਣ ਲੱਗਾ, ਐਸਪੀ ਵੀ ਤੁਰ ਪਿਆ ਵਾ ਤੇ ਬਾਕੀ ਸਭ ਆ ਗਏ ਸਮਾਨ ਲੈ ਕੇ। ਰਾਜੇ ਤੇ ਕੋਈ ਹਜੇ ਵੀ ਟਾਈਮ ਹੈਗਾ, ਵੈਸੇ ਤੂੰ ਜਾ ਸਕਦਾ ਸਾਡੇ ਨਾਲ, ਸੁਮਨ ਜਾਣਾ ਗੋਆ, ਹਜੇ ਵੀ ਟਾਈਮ ਹੈਗਾ ਤੇਤੋਂ ਮੇਰੇ ਵੰਡੇ ਨੂੰ ਲੈ ਜਾ, ਹਜੇ ਵੀ ਟਾਈਮ ਹੈਗਾ ਜੀ। ਆ ਆਪਣੀਆਂ ਰਹਿ ਗਈਆਂ ਸੀ 2 ਆ ਤੇ ਇੱਕ ਟੋਪੀ ਤੇ ਆ, ਇੱਦਾਂ ਆਪਾਂ ਜਾਣਾ। ਇਹ ਕਿਸੇ ਰੀਜ਼ਨ ਕਰਕੇ 2 ਚੀਜ਼ਾਂ ਲਈਆਂ ਆਪਾਂ, ਉੱਦਾਂ ਸਾਨੂੰ ਲੋੜ ਨਹੀਂ ਹੈਗੀ ਸੀ, ਪਰ ਕੋਈ ਸਰਪ੍ਰਾਈਜ਼ ਹੈਗਾ ਵਾ ਉਹਦੇ ਕਰਕੇ ਆਪਾਂ 2 ਚੀਜ਼ਾਂ ਲਈਆਂ ਆਪਣੇ ਆਪ ਨੂੰ ਲੁਕਾਉਣ ਵਾਸਤੇ। ਇਹ ਬਲੌਗ ਕਿੱਦਣ ਪਾਏਗਾ? ਇਹ ਅੱਜ ਕੱਲ੍ਹ, ਅੱਜ ਰਾਤ, ਅੱਜ ਰਾਤ। ਠੀਕ ਆ ਅੰਮਾ, ਚੱਲੇ ਆਪਾਂ, ਸਤਿ ਸ਼੍ਰੀ ਅਕਾਲ। ਠੀਕ ਆ ਰਾਜੂ, ਹੈ ਹੀ ਨਹੀਂ ਇੱਧਰ, ਹੈ ਹੀ ਨਹੀਂ ਇੱਧਰ, ਬੁਲਾ ਲਓ ਉਹਨੂੰ, ਫਿਰ ਚੱਲ ਜਾਣਾ ਮੈਂ। ਐਸਪੀ ਸਾਬੀ ਘਰੇ ਰਾਜੂ, ਚੱਲ ਆਇਆ ਛੇਤੀ ਚੱਲਾਂ ਮੈਂ। ਚੱਲੀ ਗਿਆ ਭਾਜੀ ਹੁਣੀ ਆ ਗਏ। ਚਲੋ ਠੀਕ ਆ, ਕੀ ਠੀਕ ਆ, ਸਤਿ ਸ਼੍ਰੀ ਅਕਾਲ। ਚੱਲੇ ਆਪਾਂ ਤੇ ਜਾਓ, ਤੇ ਚੱਲੇ ਹੀ ਆ, ਮੈਂ ਕਮਾਈਆਂ ਉੱਥੇ ਕੰਨ ਚੱਲਿਆ ਨਾ। ਓ ਯਾਰ ਬਸ ਕਰ, ਚਲੋ ਠੀਕ ਆ ਦਾਦੀ ਮਾਂ, ਸਤਿ ਸ਼੍ਰੀ ਅਕਾਲ। ਉਮਰ ਹੋਏ ਧਿਆਨ ਨਾ ਜਾਈ ਮੇਰਾ, ਚੱਲੇ ਆਪਾਂ ਚਾਹ। ਚੰਗਾ ਰਾਜੂ, ਐਸਪੀ ਉੱਥੇ ਹੀ ਆ, ਰਾਜੂ ਉੱਧਰ ਸਾਬੀ ਵਾਲੀ ਹੈ, ਆਹੋ ਲੈ ਉਹਨੇ ਰੋਜ਼ ਆ ਲੈਂਦਾ ਭਾਈ ਨੂੰ 2 ਮਿੰਟ। ਉਹ ਯਾਰ ਬਸ ਕਰਵਾਇਆ, ਹਲੋਲਾ ਖਾਇਆ, ਤੁਰ ਪਿਆ ਘਰੋਂ, 8 ਵਜੇ ਦੀ ਟ੍ਰੇਨ ਆ। ਲਓ ਵੀ ਮਿਲੋ ਤੁਸੀਂ, ਰੰਧਾਵਾ ਸਾਹਿਬ ਬਹੁਤ ਲੇਟ ਆਏ ਇਸ ਟਾਈਮ, ਸੱਚੀ ਫਾਈਨਲੀ ਬਹੁਤ ਲੇਟ ਆਏ ਇਸ ਵਾਰ, ਖੜੇ ਹੀ ਪੈਰ ਆਏ। ਬਾਕੀ ਗੱਲਬਾਤ ਅਸੀਂ ਟ੍ਰੇਨ ਚ ਕਰਾਂਗੇ, ਤੇ ਲੱਦੇ ਵੇਖੋ ਕਿੱਦਾਂ ਸਮਾਨ ਆ, ਤੇ ਚਾਚੂ ਛੱਡਣ ਜਾਣ ਡੇ ਸਾਨੂੰ, ਰਾਜੇ ਦਾ ਫੋਨ ਆ ਗਿਆ ਤੇ ਰਾਜੇ ਨੂੰ ਕਹਿ ਦੇ ਕਿ ਹੁਣ ਨਿਕਲ ਗਏ ਆਪਾਂ, ਲੇਟ ਹੋ ਜਾਣਾ। ਹੈਲੋ ਹੈਲੋ, ਆਪਾਂ ਹੁਣ ਨਿਕਲੇ ਆ ਘਰ ਵਜੇ, ਹੁਣ ਹਜੇ 8 ਵਜੇ ਟ੍ਰੇਨ ਆ, 7:30 ਤੁਹਾਨੂੰ ਇੱਥੇ ਹੋ ਗਿਆ ਜਿੱਲਾ ਘਰੇ ਹੀ, ਪੌਣੇ 8 ਹੋਏ ਜਿੱਲਾ ਰੋਡ ਤੇ ਹੀ। ਕਿੰਨਾ ਚਿਰ ਵੇਟ ਕਰਦੀ ਆ, 8:10 ਤੇ ਤੁਰਦੀ ਆ ਕਿ 8:10 ਤੇ ਆਉਂਦੀ ਆ? ਯਾਰ ਝੂਠ ਨਾ ਮਾਰੋ ਭਾਜੀ, ਚੱਲ ਚੱਲ ਮਿਲੀਏ ਰਾਜੇ ਨੂੰ, ਮਿਲੀਏ। ਹਾਂਜੀ ਹਾਂਜੀ ਵਧੀਆ।
ਚੰਗਾ ਵੀਰ ਚੱਲ ਆਜਾ ਫਿਰ ਚੱਲ ਆਜਾ ਫਿਰ ਆਜਾ ਚੱਲ ਜਾਣਦੇ ਹੁਣਾ ਪੂਛ ਕਰ ਰਹੇ ਆ ਟ੍ਰੇਨ ਹਜੇ ਆਪਣੀ ਆਉਣੀ ਆ ਅੱਜ ਤੋਂ ਬਾਅਦ ਟ੍ਰੇਨ ਆਉਣੀ ਆ ਇਹ ਆਹ ਡੱਬੇ ਹੋਣੇ ਸਾਡੇ ਫਸਟ ਕਲਾਸ ਸੋ ਹਜੇ ਜਾਣਦੇ ਆ ਰਾਸ਼ਨ ਵਾਲਾ ਡੱਬਾ ਵਾ ਬਾਕੀ ਤੁਹਾਨੂੰ ਆਪਣਾ ਟ੍ਰੇਨ ਵੀ ਆਪਣੀ ਦਿਖਾਉਂਦੇ ਹਾਂ ਹਜੇ ਤਾਂ ਆਪਣੀ ਟ੍ਰੇਨ ਲੱਭਣ ਡੇ ਆਪਾਂ ਹਜੇ ਇੱਕ ਤੋਂ ਬਾਅਦ ਟ੍ਰੇਨ ਆਉਣੀ ਆ ਆਪਾਂ 10 ਮਿੰਟ ਪਹਿਲਾਂ ਆ ਗਏ ਹਾਂ ਆਹ ਤੁਰਨ ਲੱਗੀ ਆ ਇਹਦੇ ਇਹਦੇ ਪਿੱਛੇ ਆ ਕੇ ਲੱਗ ਜਾਣੀ ਨਾਲ ਹੀ ਆਹ ਟ੍ਰੇਨ ਤੁਰ ਪਈ ਆ ਅਤੇ ਇਸ ਤੋਂ ਪਿੱਛੇ ਚੱਲ ਗਈ ਟ੍ਰੇਨ ਬਾਏ ਬਾਏ ਇਸ ਤੋਂ ਪਿੱਛੇ ਹੁਣ ਇਸ ਜਗ੍ਹਾ 'ਤੇ ਆਪਣੀ ਟ੍ਰੇਨ ਆਉਣੀ ਆ ਫਸਟ ਕਲਾਸ ਏ ਸੀ ਵਾਲੇ ਡੱਬੇ ਹੋਊਗੇ ਹੁਣ ਦੇਖਦੇ ਹਾਂ ਆਪਾਂ ਸੋਚਿਆ ਸੀ ਕਿ ਆਪਾਂ ਨੂੰ ਦੋ ਵਾਲੇ ਕੈਬਿਨ ਮਿਲਣਗੇ ਪਰ ਉਹ ਕੰਮ ਖਰਾਬ ਹੋ ਗਿਆ ਯਾਰ ਜਿੰਨਾ ਮਜ਼ਾ ਸੋਚਿਆ ਸੀ ਉਹ ਖਰਾਬ ਹੋ ਗਿਆ ਹੁਣ ਸਾਰਾ ਕਿਉਂਕਿ ਹੁਣ ਆਪਾਂ ਨੂੰ ਟ੍ਰੇਨ ਜਿਹੜੀ ਹੋਣੀ ਥੋੜ੍ਹੀ ਕੰਜਸਟਡ ਹੋਣੀ ਆ ਕਿਉਂਕਿ ਹੁਣ ਦੋਨੋਂ ਪਾਸੇ ਸੀਟਾਂ ਹੋਣੀਆਂ ਮਤਲਬ ਉਹ ਥੋੜ੍ਹਾ ਕੰਮ ਖਰਾਬ ਹੋ ਗਿਆ ਇੱਦਾਂ ਦੀ ਤਾਂ ਦੋ ਦੋ ਜੇ ਡੱਬੇ ਮਿਲ ਜਾਂਦੇ ਨਾ ਆਪਾਂ ਨੂੰ ਵੈਸੇ ਖੁੱਲ੍ਹੇ ਡੁੱਲੇ ਜਾਣਾ ਸੀ ਮਤਲਬ ਬੈਟ ਬੋਲ ਵੀ ਖੇਡ ਸਕਦੇ ਸੀ ਆਰਾਮ ਨਾਲ ਬਹਿ ਕੇ ਭਾਜੀ ਮੈਂ ਜਦੋਂ ਆਇਆ ਉਦੋਂ ਬੜਾ ਗੰਦਾ ਸੀ ਹੁਣ ਤਾਂ ਕਾਫ਼ੀ ਸਾਫ਼ ਹੋ ਗਿਆ ਫਸਟ ਕਲਾਸ ਆ ਨਾ ਤਾਂ ਇੱਥੇ ਰਸ਼ ਹੈ ਨਹੀਂ ਖਾਲੀ ਆਪਾਂ ਹੀ ਬੈਠੇ ਹਾਂ ਪਿੱਛੇ ਤਾਂ ਰਸ਼ ਹੀ ਬਹੁਤ ਜ਼ਿਆਦਾ ਸੀਗਾ ਬਾਕੀ ਦੇਖਦੇ ਹਾਂ 8-10 ਤੇ ਟ੍ਰੇਨ ਆਉਣੀ ਆ ਹੋ ਸਕਦਾ ਕਿਉਂਕਿ ਪਹਿਲੇ ਜਨਰਲ ਡੱਬੇ ਲੱਗਦੇ ਹੁੰਦੇ ਅਗਲਾ ਸਭ ਤੋਂ ਜ਼ਿਆਦਾ ਪਿਛਲਾ ਉਹੀ ਨਾ ਚਾਹੀਓ ਪਰ ਮੇਰੀ ਸਭ ਤੋਂ ਵਧੀਆ ਵਾਲੀ ਜਿਹੜੀ ਆਪਾਂ ਸੋਚੀ ਸੀਗੀ ਕੈਬਨ ਪੂਰਾ ਬਣਿਆ ਹੋਇਆ ਵਾ ਅਤੇ ਬਾਕੀ ਮੈਟਿੰਗ ਮੂਟਿੰਗ ਹੋਈ ਹੈ ਸਾਰੀ ਆਰਾਮ ਨਾਲ ਤੁਹਾਨੂੰ ਤਸੱਲੀ ਨਾਲ ਥੋੜ੍ਹਾ ਐਡਜਸਟ ਹੋ ਜਾਈਏ ਸਮਾਨ ਸਮੂਨ ਸਾਰਾ ਆ ਜਾਵੇ ਫਿਰ ਹੌਲੀ ਹੌਲੀ ਆਪਾਂ ਬਲੌਗ ਸ਼ੁਰੂ ਕਰਦੇ ਹੁਣ ਤਾਂ ਹੁਣ ਕਾਹਲੀ ਕਾਹਲੀ ਆਏ ਆਪਾਂ ਤੁਹਾਨੂੰ ਬਾਹਰੋਂ ਮਾੜਾ ਜਿਹਾ ਦਿਖਾ ਦਈਏ ਆਹ ਦੇਖੋ ਓਕੇ ਰਿਪੋਰਟ ਸਿਸਟਮ ਪੂਰਾ ਲੱਗ 10 ਮਿੰਟ ਗਿਆ ਇੱਥੇ ਤੁਰ ਵੀ ਪਈ ਆ ਚਲੋ ਕੋਈ ਗੱਲ ਨਹੀਂ ਤੁਰ ਪੀਦਾ ਆਪਾਂ ਵਿੱਚ ਬਹਿ ਗਏ ਕਿ ਨਹੀਂ ਆਪਾਂ ਬਹਿ ਗਏ ਕਿ ਨਹੀਂ ਅਤੇ ਮੈਂ ਘਰੇ ਫੋਨ ਕਰ ਦਵਾਂ ਇੱਕ ਵਾਰੀ ਬਾਕੀ ਫਿਰ ਬਹੁਤ ਵਧੀਆ ਸਿਸਟਮ ਯਾਰ ਤੁਹਾਨੂੰ ਹੌਲੀ ਹੌਲੀ ਸਮਝਾਉਂਦੇ ਹਾਂ ਸਾਰਾ ਟ੍ਰੇਨ ਦਾ ਬਾਕੀ ਬਾਅਦ 'ਚੋਂ ਕਰਦੇ ਗੱਲ ਅਲੱਗ ਬਲੂ ਵੀ ਲੱਗੇ ਸਾਰੀ ਟ੍ਰੇਨ ਦਾ ਤੁਹਾਨੂੰ ਸਿਸਟਮ ਸਮਝਾਵਾਂਗੇ ਅਤੇ ਪੂਰਾ ਐਕਸਪਲੋਰ ਕਰਾਵਾਂਗੇ ਕੀ ਇਹਦੇ ਵਿੱਚ ਇਨਕਲੂਡ ਆ ਚਾਦਰਾਂ ਕੰਬਲ ਸਰਾਣਾ ਸਾਰਾ ਕੁਝ ਹੋਣਾ ਅਜੇ ਦਿਖਾਵਾਂਗੇ ਤੁਹਾਨੂੰ ਬਾਅਦ 'ਚ ਪੈਸੇ ਦੇ ਦੇਵਾਂਗੇ ਹਮ ਠੀਕ ਹੈ ਹਮਨੇ ਮੁੰਬਈ ਜਾਣਾ ਹੈ ਠੀਕ ਹੈ ਕੋਈ ਬਾਤ ਨਹੀਂ ਪੈਸੇ ਦੇ ਦੇਵਾਂਗੇ ਤੀਨ ਸਰਾਣੇ ਠੀਕ ਹੈ ਅਤੇ ਤੀਨ ਚਾਦਰੇ ਉਹ ਦੇ ਦੇਵਾਂਗੇ 1200 3 ਸਰਾਣੇ 3 ਕੰਬਲ ਕੰਬਲ ਕੀ ਚਾਦਰ ਚਾਦਰਾਂ ਕੰਬਲ ਦੇਣਾ ਉਹਨਾਂ ਨੇ ਬੰਦ ਕੀਤਾ ਟ੍ਰੇਨ ਵਾਲਿਆਂ ਨੇ ਅਤੇ ਉੱਦਾਂ 3 ਟਾਈਮ ਦਾ ਮੀਲ ਵੀ ਸਾਨੂੰ ਮਿਲਣਾ ਸੀਗਾ ਸਵੇਰ ਦੀ ਰੋਟੀ ਬ੍ਰੇਕਫਾਸਟ ਲੰਚ ਡਿਨਰ ਠੀਕ ਆ ਉਹ ਵੀ ਪਰ ਨਹੀਂ ਦਿੱਤਾ ਤਾਂ ਚਾਦਰਾਂ ਕੰਬਲ ਵੀ ਨਹੀਂ ਦਿੱਤੀਆਂ ਉਹ ਕਰੋਨਾ ਕਰਕੇ ਕਹਿੰਦੇ ਆਪਾਂ ਨਹੀਂ ਕੁਛ ਦੇਣ ਡੇ ਉਸੇ ਆਪਾਂ ਖਾਣਾ ਪੈਸੇ ਸਾਲੇ ਉਹਨੇ ਲੈਣ ਡੇ ਆ ਜੁੱਤੀਆਂ ਤੋਂ ਕੱਚੇ ਸਮਾਨ ਨਹੀਂ ਦੇਣ ਡੇ
ਨਹੀਂ ਯਾਰ ਦੇਣਾ ਹੁੰਦਾ ਤੂੰ ਆਪ ਆਉਂਦੇ ਆ ਦੇਣ ਵਾਸਤੇ ਜਾਂ ਪੁੱਛ ਕੇ ਆ ਫਿਰ ਜਾ ਕੇ ਹੁਣ ਨੀ ਆਉਣਾ ਡਿਊਟੀ ਡੂਟੀ ਨੇ ਦੇ ਅਗਲਾ ਲਿਖ ਕੇ ਚਲ ਗਿਆ ਵਾ ਕਿ ਹਾਂਜੀ ਤਿੰਨ ਬੰਦੇ ਆ ਗਏ ਓਕੇ ਹਾਂਜੀ ਸੋ ਟ੍ਰੇਨ ਦਾ ਆਨੰਦ ਲੈਣ ਦੇ ਬਹੁਤ ਵਧੀਆ ਟ੍ਰੇਨ ਆ ਮੈਂ ਚਿੱਟਾ ਹੁੰਦਾ ਨਾ ਪੂਰਾ ਫੜ ਫਿਰ ਆਪਾਂ ਹੁਣ ਟ੍ਰੇਨ ਐਕਸਪਲੋਰ ਕਰਾ ਲਈਏ ਲੋਕਾਂ ਨੂੰ ਵਲੌਗ ਬਣਾਈਏ ਸੋ ਬਾਬਿਓ ਇਹ ਆਪਣੀਆਂ ਚਾਰ ਸੀਟਾਂ ਵਾ ਠੀਕ ਆ ਵਧੀਆ ਆਉਣ ਡਿਆ ਨਾ ਪੂਰਾ ਬੜਾ ਘੈਂਟ ਨਹੀਂ ਦਿਖਣ ਡਿਆ ਨਾ ਸਾਰਾ ਕੁਝ ਖੂਬ ਚਾਰ ਪੰਜ ਫਰੈਂਡ ਸੀਗੇ ਪਰ ਉਹਨਾਂ ਨੂੰ ਵੱਖਰੀਆਂ ਵੱਖਰੀਆਂ ਸੀਟਾਂ ਮਿਲੀਆਂ ਵਾ ਤੇ ਕਿਉਂਕਿ ਬੁਕਿੰਗ ਬਹੁਤ ਜ਼ਿਆਦਾ ਸੀਗੀ ਤਾਂ ਉਹ ਫਿਰ ਹੁਣ ਉੱਧਰ ਚਲੇ ਗਏ ਆਪਾਂ ਉਸ ਕਰਕੇ ਤੇ ਆਹ ਦੇਖੋ ਉੱਤੇ ਜਾਣ ਵਾਸਤੇ ਇੱਧਰ ਪੌੜੀਆਂ ਵਾ ਦਿਖਾ ਇੱਧਰ ਆਹ ਥੱਲੇ ਇੱਕ ਟ੍ਰੇਨ ਸਭ ਤੋਂ ਵਧੀਆ ਗੱਲ ਇਹਦੇ 'ਚ ਮੈਟਿੰਗ ਆ ਹੋਈ ਆ ਦੇਖੋ ਸਫਾਈ ਦੇਖੋ ਕਿੰਨੀ ਆ ਕਿ ਸਾਰੀ ਟ੍ਰੇਨ 'ਚ ਮੈਟਿੰਗ ਹੋਈ ਆ ਠੀਕ ਆ ਇੱਕ ਇੱਧਰ ਉੱਤੇ ਜਾਣ ਲਈ ਪੌੜੀਆਂ ਵਾ ਅਤੇ ਆਹ ਇੱਥੇ ਇੱਕ ਟੇਬਲ ਦਿੱਤੇ ਹੋਏ ਉਹਨਾਂ ਨੇ ਮਤਲਬ ਰੋਟੀ ਪਾਣੀ ਖਾਣ ਵਾਸਤੇ ਇਹਨੂੰ ਆਪਾਂ ਹੋਏ ਮੇਰੇ ਟਾਂਗਾ 'ਚ ਨਾ ਮਾਰਨੀ ਦੋ ਬਟਨ ਲਾਈਟ ਵਾਸਤੇ ਬੰਦ ਹੋ ਗਈ ਲਾਈਟ ਉਧਰ ਵੀ ਇੱਕ ਲਾਈਟ ਹੈਗੀ ਆ ਡਿਨਰ ਨਹੀਂ ਦਿੱਤਾ ਸਾਨੂੰ ਕਿਉਂਕਿ ਕਰੋਨਾ ਕਰਕੇ ਸੋ ਚਾਦਰਾ ਕੰਬਲ ਸਰਾਣੇ ਵੀ ਨੀ ਮਿਲਣੇ ਕਰੋਨਾ ਕਰਕੇ ਉਹ ਆਪਾਂ ਪੈਸੇ ਦੇ ਕੇ ਮੰਗਵਾਏ ਵੀਰ ਕੋਲ ਜੇ ਮਿਲ ਜਾਵੇ ਨਹੀਂ ਤੇ ਫਿਰ ਕਿਤੇ ਸਟੇਸ਼ਨ ਤੋਂ ਬਾਏ ਕਰ ਲਾਂਗੇ ਤੇ ਆਹ ਅੱਗੇ ਪੜਦਾ ਲੱਗ ਜਾਣਾ ਬਿਲਕੁਲ ਘੱਟ ਆਉਂਦੀ ਮਤਲਬ ਤੁਸੀਂ ਡਿਸਟਰਬ ਨਹੀਂ ਹੋ ਸਕਦੇ ਫੀਲ ਨਹੀਂ ਹੁੰਦਾ ਕਿੰਨੀ ਤੇਜ਼ ਟ੍ਰੇਨ ਹਾਂ ਕਿ ਟ੍ਰੇਨ ਬਹੁਤ ਤੇਜ਼ ਜਾਂ ਪਰ ਅੰਦਰ ਫੀਲ ਨਹੀਂ ਹੁੰਦਾ ਆਪਾਂ ਖੋਲਦੇ ਹਾਂ ਆਜੋ ਓਕੇ ਖਾਲੀ ਹੈਗਾ ਵਾ ਕਪਲ ਲਈ ਜੇ ਤੁਸੀਂ ਕਪਲ ਹੁੰਦੇ ਆ ਤੇ ਉਹਦੇ ਵਾਸਤੇ ਪ੍ਰਾਈਵੇਸੀ ਸਿਸਟਮ ਮਤਲਬ ਕਿ ਦੋ ਜਣਿਆਂ ਦਾ ਸਿਸਟਮ ਆ ਚੰਗਾ ਸੋਣਾ ਉੱਪਰ ਥੱਲੇ ਤਾਂ ਹੁੰਦਾ ਨਹੀਂ ਤੁਹਾਨੂੰ ਪਤਾ ਹੀ ਆ ਨਿਊਲੀ ਕਪਲ ਉਦਾਂ ਵੀ ਉੱਪਰ ਥੱਲੇ ਸੌਂਦੇ ਉਦਾਂ ਨਿਊਲੀ ਕਦੇ ਵੀ ਨਹੀਂ ਸੌਂਦੇ ਤੇ ਉਦਾਂ ਵੀ ਉੱਪਰ ਥੱਲੇ ਦੋ
ਨਹੀਂ ਅਭੀ ਨਹੀਂ ਲੈਣਾ, ਅਭੀ ਨਹੀਂ ਕੁਛ ਵੀ ਲੈਣਾ, ਅਭੀ ਰੋਟੀ ਖਾਏਗਾ, ਜਿਹਦਾ ਵੀ ਹੈਗਾ ਵਾ ਅੰਦਰ ਸਿਸਟਮ ਇਹਦੇ ਸੇਮ ਆ, ਬਸ ਇਹਦੇ ਇੱਥੇ ਸਪੇਸ ਥੋੜੀ ਜ਼ਿਆਦਾ ਖੁੱਲੀ ਡੁੱਲੀ ਆ ਕਿਉਂਕਿ ਸੀਟ ਹੀ ਨਹੀਂ ਨਾ ਇੱਕ, ਹਾਂ ਬਸ ਉਹਦੇ ਕਰਕੇ ਉਹਦੇ ਨਾਲ ਛੋਟਾ ਕੇ ਬਿਨਾ ਸ਼ੀਸ਼ਾ ਵੱਡਾ ਲਾਤਾ ਉਹਨਾਂ ਨੇ ਤੇ ਕਿਉਂਕਿ ਜਿਹੜੇ ਦੇ ਸਿਆਪੇ ਬੜੇ ਆ ਛੱਤੀ ਦੇ ਨਖਰੇ ਕੰਨੇ ਉੜੀ ਜਾ ਵਾ, ਇੱਥੇ ਨਹੀਂ ਲੰਘਣਾ ਇੱਥੇ ਨਹੀਂ ਨੱਚਣਾ ਤੇ ਆ ਬੜੀ ਵਧੀਆ ਮੁੰਬਈ ਦੀ ਜਗ੍ਹਾ ਦਿਖਾਈ ਆ ਮੰਡੀ ਡਰਾਈਵ ਕਿਉਂਕਿ ਮੁੰਬਈ ਚੱਲੀ ਟ੍ਰੇਨ ਆਪਣੀ ਤੇ ਆ ਜਾਓ ਤੁਹਾਨੂੰ ਹੁਣ ਬਾਹਰ ਪੂਰਾ ਘੁਮਾ ਕੇ ਲਿਆਈਏ ਟੀਟੀ ਆ ਗਏ ਮੁਫ਼ਤ ਧੋਣ ਵਾਲਾ ਸਿਸਟਮ ਨੀ ਹੈਗਾ ਸ਼ੁਕਰ ਤੇਜ ਪ੍ਰੈਸ਼ਰ ਯਾਰ ਪ੍ਰੈਸ਼ਰ ਨੀ ਵੁੱਡ ਹੈਗਾ ਜਿਹੜਾ ਬੰਦਾ ਉੱਠ ਕੇ ਪਵੇ ਨਾ ਇੱਧਰ ਨਾਲ ਚੈੱਕ ਕਰ ਨਹੀਂ ਇਹਨਾਂ ਨਾਲ ਅੰਦਰ ਆਈਏ ਤੂੰ ਕਦਾਂ ਡਵਾ ਦੇ ਇੱਧਰ ਚੈੱਕ ਕਰ ਪ੍ਰੈਸ਼ਰ ਚੈੱਕ ਕਰ ਹੋਏ ਗਰਮੀਆਂ ਚ ਨਹੀਂ ਮੈਂ ਨਹੀਂ ਆਈ ਅੰਦਰ ਲੋਕੀ ਗਲਤ ਸਮਝਣਗੇ ਦੋਵੇਂ ਇੱਥੋਂ ਮੀਂਹ ਵਾਲਾ ਪਾਣੀ ਆਉਂਦਾ ਮੀਂਹ ਬਾਥਰੂਮ ਓਦਾਂ ਚੰਗਾ ਬਸ ਪ੍ਰੈਸ਼ਰ ਥੋੜਾ ਹੋਏ ਪੂ ਪੂ ਕਰੇ ਗੱਡੀਆਂ ਗੰਡੇ ਧਿਆਨ ਨਾ ਚਾਹੀ ਇੱਥੇ ਚਲਾਉਣ ਦਾ ਬੜਾ ਮਜ਼ਾ ਆਉਂਦਾ ਜੀ ਕੈਬਿਨ ਤੋਂ ਬਿਨਾ ਵਾ ਨਹੀਂ ਫਸਟ ਕਲਾਸ ਨਹੀਂ ਆ ਇਹ ਸੈਕਿੰਡ ਕਲਾਸ ਆ ਸੈਕਿੰਡ ਆ ਇਧਰ ਕੈਬਨ ਨਹੀਂ ਹੈਗੇ ਸਿਰਫ ਸਾਡੇ ਉਸੇ ਡੱਬੇ ਚ ਕੈਬਨ ਆ ਉਹਦੇ ਵਿੱਚ ਮੇਰੇ ਖਿਆਲ ਨਾਲ 10 ਹੀ ਕੈਬਨ ਆ ਬਸ ਗਿਣ ਲੈਂਦੇ ਆ ਪਜਾ ਲਵੇ ਸੋ ਇਧਰਲੇ ਬਾਥਰੂਮ ਦਾ ਦਿਖਾ ਦਈਏ ਓਏ ਇਧਰ ਦੂਜੀ ਹਿੰਦੀ ਆ ਆ ਦੇਖ ਵਾਓ ਪੈਰੋ ਪਰ ਇਧਰ ਹਿੰਦੀ ਆ ਤੇ ਇਧਰ ਮੁਸ਼ਕ ਕਿੰਨਾ ਗੱਡਾ ਹੈ ਸਾਰਿਆਂ ਮੁਸ਼ਕ ਕਿੰਨਾ ਉਧਰ ਮੁਸ਼ਕ ਬਹੁਤ ਹੈ ਭਾਈ ਬਹੁਤ ਮੁਸ਼ਕ ਹੈ ਭਾਜੀ ਉਧਰ ਕੱਖ ਨੀ ਗਾ ਦੋ ਮੈਨੂੰ ਦਾਦੀ ਪਿੱਛੇ ਕੋਈ ਨੀ ਖਾਲੀ ਤਿੰਨ ਚਾਰ ਪੰਜ ਛੇ ਸੱਤ ਅੱਠ ਅੱਠ ਕੈਮਨ ਆ ਇੱਥੇ ਬਸ ਵਿੱਚੋਂ ਕਪਲ ਵਾਲੇ ਵੀ ਆ ਵਿੱਚ ਚਾਰ ਕਪਲ ਵਾਲੇ ਹੋ ਗਏ ਤੇ ਚਾਰ ਦੂਜੇ ਹੋ ਗਏ ਗੁਣਾ ਕਰ ਲਓ ਬਸ ਚਾਰ ਤੇ ਅੱਠ ਇੱਕ ਹੋ ਗਏ ਨਹੀਂ ਅੱਠ ਨੀ ਅੱਠ ਹਾਂ ਅੱਠ ਕਪਲ ਹੋ ਗਏ ਤੇ ਆਪਣੀ ਬਹੁਤ ਜਿਆਦਾ ਘੈਂਟ ਆਪਾਂ ਉਧਰ ਨੂੰ ਵੀ ਜਾ ਕੇ ਦਿਖਾ ਦਈਏ ਮਾੜਾ ਆ ਜਾਓ ਪਿੱਛੇ ਆ ਵੀਰ ਖੜੇ ਹੋ ਗਏ ਜਾਣਾ ਪ੍ਰੈਸ਼ਰ ਚੈੱਕ ਕਰ ਇੱਧਰ ਮੇਰੇ ਖਿਆਲ ਨਾਲ ਕਲਾਸ
ਉਧਰ ਰੋਟੀ ਪਾਣੀ ਵਾਲਾ ਸਿਸਟਮ ਹੈ ਜੀ, ਰੋਟੀ ਪਾਣੀ ਵਾਲਾ ਨਹੀਂ, ਆ ਜਾ ਬੰਦੇ ਖੜੇ ਦਿਖਣ ਦੇ ਆ, ਕਾ ਆ ਜਾ ਗੜੀਆਂ ਤੇ ਜਾਣਾ, ਇੰਜਨ ਹੋਣਾ ਅੱਗੇ ਓਏ, ਇੱਧਰ ਜਰਨਲ ਜਰਨਲ ਕੋ ਡੱਬਾ ਵਾ ਤੇ ਪ੍ਰੈਸ਼ਰ ਚੈੱਕ ਕਰ, ਇੱਧਰ ਵੀ ਫਲੈਸ਼ ਹੋ ਗਈ ਆ, ਪ੍ਰੈਸ਼ਰ ਕਰ ਚੈੱਕ, ਲੁਧਿਆਣੇ ਪਹੁੰਚੇ ਆ। ਬਾਕੀ ਵਲੋਗ ਜ਼ਿਆਦਾ ਨਾ ਵੱਡਾ ਕਰੀਏ ਕਿਉਂਕਿ ਜੇ ਕੋਈ ਕਲੋਲ ਕਲੂਲ ਕਰਾਂਗੇ ਤਾਂ ਵੱਡਾ ਕਰ ਲਾਂਗੇ, ਜਿੱਦਾਂ ਸਾਬੀ ਥੱਪੜ ਥੁੱਪੜ ਪਏ ਬੱਤੀ ਬੰਦ ਹੋਣ ਤੋਂ ਬਾਅਦ ਜਾਂ ਕੁਛ ਵੀ ਤਾਂ ਉਹ ਕਰ ਲਾਂਗੇ, ਤੇ ਕਿਉਂਕਿ ਆਪਾਂ ਦੋਵੇਂ ਟੀਮਮੇਟਸ ਆ ਤੇ ਇਹ ਵਿਚਾਰਾ ਇਕੱਲਾ ਰਹਿ ਜਾਣਾ ਤਾਂ ਫਿਰ ਥੱਪੜ ਤਾਂ ਪੈ ਸਕਦੇ ਆ। ਤੁਸੀਂ ਸਾਰਿਆਂ ਨੇ ਮੇਰੇ ਨਾਲ ਲੈਣਾ, ਮੇਰਾ ਸਾਥ ਦੇਣਾ, ਤੇ ਬਾਕੀ ਬਾਅਦ ਚ ਵਲੌਗ ਬਣਾਉਂਦੇ, ਖਾਣਾ ਪੀਣਾ ਆਰਡਰ ਦਿੰਦੇ ਆ, ਰੋਟੀ 11 ਵਜੇ ਤੱਕ ਆ, ਸਿਰਫ 11 ਵਜੇ ਤੋਂ ਬਾਅਦ ਰੋਟੀ ਰੋਟੀ ਖਾਣੀ ਪੁੱਤ, ਤੇ ਰੋਟੀ ਲੱਗੀ ਕਿੰਨੇ ਦੀ ਕਹਿੰਦੇ, ਪਤਾ ਨੀ ਪੁੱਛੀ ਨੀ, ਰੋਟੀ 200 ਰੁਪਏ ਦੀ ਰੋਟੀ ਕਹਿੰਦਾ ਸੀਗਾ, 200 ਤੱਕ ਕਹਿੰਦਾ ਮੈਕਸੀਮਮ 200 ਤੱਕ, ਬਾਕੀ ਚਿਕਨ ਵਾਲੀ ਹੋਣੀ ਰੋਟੀ 200 ਤੱਕ, ਤੇ ਬਾਕੀ ਰੋਟੀ ਆਰਡਰ ਕਰਦੇ ਹੋਏ ਸਾਨੂੰ ਰੋਟੀ ਵਗੈਰਾ ਦਿਖਾਉਂਦੇ ਹਾਂ ਕਿੱਦਾਂ ਦਾ ਆਉਂਦਾ ਵਾ, ਸੋ ਉਦੋਂ ਤੱਕ ਵੇਟ ਤੇ ਇਹਦਾ ਸਾਰੀ ਮਿਲਦੇ ਆ ਪੁੱਤ, ਤੇ ਇਤੋਂ ਅੱਗੇ ਐਡਵੈਂਚਰ ਸਭ ਮੁੱਕਦੀ ਨਹੀਂ ਗੱਲ ਇਹਦੀ, ਕਿ ਮੁੰਬਈ ਤੋਂ ਅੱਗੇ ਸਾਡੇ ਕੋਲ ਹੈ ਨਹੀਂ ਗਾ ਕਿ ਸਿਸਟਮ ਕਿੱਦਾਂ ਕਰਨਾ ਵਾ, ਉਹ ਵੀ ਤੁਹਾਨੂੰ ਦਿਖਾਵਾਂਗੇ ਕਿ ਮੁੰਬਈ ਤੋਂ ਅੱਗੇ ਬਾਏ ਰੋਡ ਜਾਂਦੇ ਗੱਡੀ 'ਚ ਜਾਂ ਟ੍ਰੇਨ 'ਚ ਜਾਂਦੇ ਜਾਂ ਫਲਾਈਟ 'ਚ ਜਾਂਦੇ, ਮੁੰਬਈ ਜਾ ਕੇ ਤੁਹਾਨੂੰ ਦੱਸਾਂਗੇ ਆਪਾਂ, ਕਿਉਂਕਿ ਹਜੇ ਸਾਡੀਆਂ ਟਿਕਟਾਂ ਕਨਫਰਮ ਨਹੀਂ, ਵੈਸੇ ਕੱਲ੍ਹ ਦੁਪਹਿਰ ਤੱਕ ਹੋ ਜਾਣਗੇ ਭਾਈ, ਕਹਿੰਦੇ ਸ਼ਾਮੀ ਤੱਕ ਫੋਨ ਕਰ ਦੂੰਗਾ, ਸ਼ਾਇਦ ਹੋ ਜਾਵੇ ਤੁਹਾਨੂੰ ਦੱਸ ਦਾਂਗੇ ਪਹਿਲਾਂ, ਸੋ ਉਦੋਂ ਤੱਕ ਵੇਟ ਕਰੋ। ਲੁਧਿਆਣੇ ਪਹੁੰਚ ਗਏ ਆ ਤੇ ਐਸ ਪੀ ਮਾੜਾ ਖਾਣ ਪੀਣ ਲੁਧਿਆਣੇ ਗਿਆ, ਚਿਪਸ ਵਗੈਰਾ ਤੇ ਉਹ ਉੱਥੇ ਨਹੀਂ ਮਿਲਿਆ ਕੁਛ ਵੀ, ਉੱਧਰ ਕੁਛ ਵੀ ਨਹੀਂ ਹੈਗਾ, ਖਾਲੀ ਹੱਥ ਵਾਪਸ ਆ ਗਿਆ, ਹੁਣ ਦੇਖਦੇ ਹਾਂ ਕੀ ਹਿਸਾਬ ਕਿਤਾਬ ਕੀ ਨਹੀਂ। ਆਜੋ ਭਾਅ ਜੀ ਆਜੋ, ਉਹ ਥੰਬਨੇਲ ਵਾਸਤੇ ਫੋਟੋ ਲੈ ਲਈਏ, ਥੰਬਨੇਲ ਵਾਸਤੇ ਥੋੜ੍ਹਾ ਸਾਹ ਖੜਾ ਹੋਇਆ, ਥੰਬਨੇਲ ਵਾਸਤੇ ਫੋਟੋ ਲੈ ਲਈਏ, ਟ੍ਰੇਨ ਆਉਂਦੀ ਹੋਊਗੀ ਕਿ ਨਹੀਂ ਪੂਰੀ ਇੱਧਰੋਂ, ਚੱਲ ਜਾ ਫਿਰ ਇੱਧਰ ਨੂੰ ਜਾ, ਮੈਂ ਖੜਾ ਇੱਥੇ, ਭੱਜ ਕੇ ਜਾ ਭੱਜ ਕੇ, ਚੱਲ ਪੈਣ ਲੱਗੀ ਹੈਗੀ ਭਰਾਵਾ, ਆ ਜਾ ਆ ਜਾ, ਚੱਲੀਏ ਵਾਪਸ, ਆ ਜਾ ਆ ਜਾ, ਉਹ ਆ ਜਾ ਭਰਾਵਾ, ਹਾਂ ਖੇਡ ਲਓ ਖੇਡ ਲਓ, ਜਵਾਕ ਆਏ ਓਏ ਸੁੱਟਦਾ ਹੀ ਮੈਂ ਲੋਕ ਬੰਦ ਕਰਨਾ, ਤੁਰ ਪਈ ਮੈਂ ਤੈਨੂੰ ਕਰ ਖਾਣਾ, ਨਹੀਂ ਮੈਂ ਤੈਨੂੰ ਕਰ, ਮੈਂ ਕਰ ਖਾਵਾਂ ਇਹਨੂੰ, ਓਏ ਇਹ ਕਿਆ ਹੈ, ਅੰਡਾ ਬਿਰਯਾਨੀ ਬਸ, ਔਰ ਨਹੀਂ ਔਰ ਕਿਆ ਹੈ ਬਸ, ਔਰ ਕੁਛ ਵੀ ਨਹੀਂ ਮਿਲੇਗਾ, ਚਿਕਨ ਪਹਿਲੇ ਆਰਡਰ ਦਿੰਦੇ ਤੇ ਫਿਰ ਮਿਲ ਜਾਣਾ, ਚਿਕਨ ਬਿਰਯਾਨੀ ਵੀ ਨਹੀਂ ਹੈ, ਕਿੰਨੇ ਵਜੇ ਆਓਗੇ, ਚਲੋ ਠੀਕ ਹੈ ਫਿਰ, ਇਸਕੇ ਕਟਲੇਟ ਬਲੇਡ ਆਮਲੇਟ ਉਪਮਾ ਪੋਆ, ਇਹ ਇਸਕੇ ਕਿੰਨੇ ਪੈਸੇ ਹੋਗੇ, ਇਸਕੇ ਆਪਕੋ 320 ਰੁਪਏ, ਇਹ ਦੇ ਦੋ ਇਧਰ ਹੀ ਰੱਖ ਦੋ, 340, ਪਾਣੀ ਮਿਲ ਜਾਏਗਾ, ਉਹ ਤਾਂ ਮਿਲ ਹੀ ਜਾਏਗਾ, ਪਾਣੀ ਬਸ ਪਾਣੀ ਮੰਗਵਾ ਦਿਓ, ਬਾਕੀ ਓਕੇ, ਚਮਚ ਦੇਣਾ ਇੱਕ ਨੇ, ਚਲੋ ਵੀ ਆਹ ਆਪਣੀ ਆ ਗਈ ਚਿਕਨ ਕਰੀ ਆ, ਉਹ ਤੁਹਾਨੂੰ ਦਿਖਾ ਦਈਏ, ਲਓ ਵੀ 340 ਐਗ ਕਰੀ, ਚਿਕਨ ਐਗ ਕਰੀ ਆ, ਕੜੀ ਨਹੀਂ, ਇਹ ਐਗ ਕਰੀ ਕਿੰਨੇ ਕੀ, ਇੱਕ 100 ਰੁਪਏ ਤੇ 120 ਰੁਪਏ, 20 ਰੁਪਏ ਰੋਟੀ, 20 ਰੁਪਏ ਰੋਟੀ, 120 ਰੁਪਏ ਦੀ ਹੈ ਵੈਜ, 240 ਵੈਜ ਮਹਿੰਗਾ ਹੋਏ ਇੱਥੇ, ਚੌਲ ਆ ਨਾ ਇਕੱਲੇ ਉਹ, ਅੱਛਾ ਚਲੋ
ਠੀਕ ਹੈ ਭਾਈ, ਠੀਕ ਹੈ ਨਾ, ਪੈਸੇ ਮੈਨੂੰ ਹਿਸਾਬ ਘੱਟ ਹੀ ਹੁੰਦਾ। ਫੜ ਲਾ ਕੋਲ ਹੀ ਰੱਖ ਲਾ, ਰੋਟੀ ਐਕਸਟਰਾ ਲਈ ਆਪਾਂ ਤੇ ਦੋ ਰੋਟੀਆਂ ਲਈ ਐਕਸਟਰਾ। ਇਹ ਰੋਟੀ ਕਿੰਨੇ ਦੀ ਐਕਸਟਰਾ, ਇਹ ਕਿਤਨੇ ਕੀ ਹੈ? 20 ਦੀਆਂ ਦੋ ਰੋਟੀਆਂ, ਅੱਛਾ 3 ਰੋਟੀਆਂ 20 ਦੀਆਂ, ਬੜਾ ਵਧੀਆ ਫਿਰ ਤਾਂ ਸੀਗਾ, ਇੰਨਾ ਮਹਿੰਗਾ ਨਹੀਂ ਹੈਗਾ, 300 ਰੁਪਏ ਦਾ ਕਿੰਨਾ ਗਵਾ ਗਿਆ। ਆ ਲੈ ਐਸ ਪੀ ਖਾ ਲਾ, ਫੜ ਲਾ, ਚਲੋ ਪਾਣੀ ਲੈ ਲਿਓ ਬਸ, ਤੇ ਰੋਟੀ ਪਾਣੀ ਛਕ ਲਿਆ ਆਪਾਂ, ਡਿਨਰ ਆਪਣਾ ਡਨ ਆ, ਥੱਲੇ ਪਿਆ ਵਾ। ਸੋ ਡਿਨਰ ਆਪਣਾ ਇੱਦਾਂ ਸੀਗਾ ਕਿ ਠੀਕ ਠਾਕ ਸੀ, ਰੇਟਿੰਗ ਦੇਣੀ ਚਾਹੀਏ ਤਾਂ 50% ਰੇਟਿੰਗ ਦੇ ਸਕਦੇ ਹਾਂ ਆਪਾਂ, ਕਿ ਡਿਨਰ ਠੀਕ ਠਾਕ ਜਿਹਾ ਸੀਗਾ, ਕਿਉਂਕਿ ਇੱਕ ਤਾਂ ਬਚਿਆ ਕੁਝ ਅਜੇ ਆਇਆ ਸਾਡੇ ਵਾਸਤੇ, ਆਪਾਂ ਲੇਟ ਔਡਰ ਕੀਤਾ, 11 ਵਜੇ ਚੱਲੇ ਆ, 10:30 ਆਪਾਂ ਔਡਰ ਕੀਤਾ, ਸੋ ਥੋੜ੍ਹਾ ਜੋਗ ਉਹਨਾਂ ਕੋਲ ਰਹਿ ਗਿਆ, ਬਾਕੀ ਕੱਲ੍ਹ ਨੂੰ ਛੇਤੀ ਕਰਕੇ ਦੇਖਾਂਗੇ। ਸੋ ਸਵੇਰੇ ਬ੍ਰੇਕਫਾਸਟ ਵੀ ਹੈਗਾ ਵਾ, ਸਾਰਾ ਕੁਛ ਹੈਗਾ ਵਾ, ਪਰ ਪੇਡ ਆ ਸਾਰਾ ਕੁਝ ਭਾਈ, ਇੰਨਾ ਮਹਿੰਗਾ ਨਹੀਂ ਸੀ ਹੈਗਾ, ਨੋਰਮਲ ਆਪਾਂ ਲੈ ਅਫੋਰਡ ਕਰ ਸਕਦੇ ਹਾਂ, ਵਧੀਆ ਵਾ। ਅਤੇ ਏਅਰਪੋਰਟ ਆ ਗਏ ਆਪਣੇ, ਅਤੇ ਹੁਣ ਆਪਾਂ ਵਲੋਗ ਐਡਿਟ ਕਰ ਲੈਣਾ ਵਾਲਾ ਜਿਹੜਾ ਆਪਾਂ ਕਰਨੇ ਹਾਂ, ਅਤੇ ਹੁਣ ਫਿਰ ਸੌਣ ਲੱਗੇ, 11 ਵੱਜ ਗਏ ਆ, ਅਤੇ ਫਿਰ ਬਾਕੀ ਵਲੋਗ ਸਵੇਰੇ ਕਰਾਂਗੇ ਆਪਾਂ, ਕਿਉਂਕਿ ਰਾਤ ਨੂੰ ਕੀ ਵਲੋਗ ਕਰੀਏ, ਹੈ ਨਾ, ਜੇ ਕੁਛ ਹੋਇਆ ਕਰਨ ਵਾਲਾ ਤਾਂ ਜ਼ਰੂਰ ਕਰਾਂਗੇ। ਅੰਬਾਲੇ ਪਹੁੰਚ ਗਏ ਆਪਾਂ, ਅਤੇ ਕੱਲ੍ਹ ਰਾਤੀ 12 ਵਜੇ ਆਪਾਂ ਮੁੰਬਈ ਪਹੁੰਚ ਜਾਣਾ ਵਾ, ਅਤੇ ਹੋਰ ਕੀ ਕਹਿਣਾ। ਹਾਂਜੀ, ਆ ਸੱਚ ਐਸ ਪੀ ਰੰਧਾਵਾ ਜੀ ਦਾ ਚੈਨਲ ਸਬਸਕ੍ਰਾਈਬ ਕਰ ਲਓ ਸਾਰੇ ਜਣੇ, ਡਿਸਕ੍ਰਿਪਸ਼ਨ 'ਚ ਭਾਜੀ ਲਿੰਕ ਦਿੱਤਾ ਹੋਇਆ ਵਾ। ਕਾਲਾ ਇਲਮ ਗਾਣਾ ਸੁਣਨਾ ਵਾ, ਜਿਮਸਨ ਗਾਣਾ ਸੁਣਨਾ ਵਾ, ਅਤੇ ਤੁਸੀਂ ਉਸ ਚੈਨਲ 'ਤੇ ਜਿਮਸਨ ਗਾਣਾ, ਜਿਮਸਨ ਕਹੀਏ ਨਾ, ਜੇਮਸਨ ਗਾਣਾ ਬਹੁਤਾ ਪਿਆਰਾ ਵਾ, ਉਹ ਪਰ ਮੇਰੇ ਇਕੱਲੇ ਦਾ ਵਾ, ਕਾਲਾ ਇਲਮ ਐਸ ਪੀ ਦਾ ਵਾ, ਅਤੇ ਲਿਖਿਆ ਭਾਜੀ ਹੁਣ ਨਹੀਂ ਆ, ਅਤੇ ਚੈਨਲ ਸਬਸਕ੍ਰਾਈਬ ਕਰੋ, 10,000 ਸਬਸਕ੍ਰਾਈਬਰ, ਮੈਨੂੰ ਪਤਾ ਤੁਸੀਂ ਇਸ ਵਲੋਗ ਤੋਂ ਬਾਅਦ ਪੂਰੇ ਕਰ ਦੇਣੇ ਐਸ ਪੀ ਦੇ, ਅਤੇ ਉਦੋਂ ਤੱਕ ਇਹਦੇ $10 ਵੀ ਪੂਰੇ ਹੋ ਜਾਣੇ, ਐਡਸੈਂਸ ਅਪਲਾਈ ਹੋ ਜਾਣੀ ਆ। ਕੋਸ਼ਿਸ਼ ਆਹੀ ਹੈ ਕਿ ਜਦੋਂ ਨੂੰ ਆਪਾਂ ਗੋਆ ਤੋਂ ਵਾਪਸ ਆਈਏ, ਇਹਦੀ ਐਡਸੈਂਸ ਘਰ ਆਈ ਹੋਵੇ, ਲੈਪਟੋਪ ਮੈਂ ਨਾਲ ਹੀ ਲੈ ਕੇ ਆਇਆ ਵਾਂ, ਅਤੇ ਬਸ ਹੁਣ ਲੱਗੇ ਸੌਣ, ਬਾਕੀ ਵਲੋਗ ਸਵੇਰੇ ਕਰਾਂਗੇ, ਨਹੀਂ ਤਾਂ ਵਲੋਗ ਆ ਜ਼ਿਆਦਾ ਵੱਡਾ ਹੋ ਜਾਣਾ। ਮੈਂ ਸੋਚਦਾ ਕਿ ਟ੍ਰੇਨ ਵਾਲਾ ਵਲੋਗ ਥੋੜ੍ਹਾ ਛੋਟਾ ਛੋਟਾ ਬਣਾਈਏ, ਅਤੇ ਗੋਆ ਦੇ ਵਲੋਗ 4-5 ਕੀ ਬਣਾਈਏ, ਜੇ ਵੱਧ ਬਣ ਕੇ ਦੇਖਾਂਗੇ, ਪਰ ਉੱਦਾਂ ਸੋਚਿਆ ਕਿ ਗੋਆ ਦੇ ਵਲੋਗ 4 ਕੀ ਬਣਾਈਏ ਆਪਾਂ, ਬਾਕੀ ਆਪਾਂ ਘੁੰਮਣ ਫਿਰਨ ਵੱਲ ਜ਼ਿਆਦਾ ਫੋਕਸ ਕਰੀਏ, ਕਿਉਂਕਿ ਅਸੀਂ ਬੈਚਲਰ ਟ੍ਰਿਪ 'ਤੇ ਚੱਲੇ ਹਾਂ ਘੁੰਮਣ ਫਿਰਨ। ਸੋ ਵਲੋਗ ਜੇ ਕਰਨ ਲੱਗ ਪਈਏ, ਵਲੋਗ ਵਾਲੀ ਸਾਰਾ ਸਿਸਟਮ ਰਹਿ ਜਾਂਦਾ, ਐਡੀਟਿੰਗ ਅਪਲੋਡਿੰਗ ਸਾਰਾ ਕੁਝ, ਵਲੋਗ ਥੋੜ੍ਹੇ ਜਿਹੇ ਬਣਾਵਾਂਗੇ, ਪਰ ਤੁਹਾਨੂੰ ਸਫ਼ਰ ਪੂਰਾ ਇੰਜੋਏ ਕਰਾਵਾਂਗੇ, ਟ੍ਰੇਨ ਦਾ ਤੁਹਾਨੂੰ ਸਾਰੀ ਜਰਨੀ ਆਪਾਂ ਦੱਸਦੀ, ਬਾਕੀ ਸਵੇਰ ਨੂੰ ਦੱਸਾਂਗੇ ਕਿ ਰਾਤੀ ਸੁੱਤੇ ਕਿੱਦਾਂ ਆ, ਕੀ ਵਧੀਆ ਸਿਸਟਮ ਸੀਗਾ ਕਿ ਨਹੀਂ, ਕਿਉਂਕਿ ਉੱਦਾਂ ਬਸ ਇਹ ਪਤਾ ਲੱਗਣ ਨਹੀਂ ਡਿਆ ਆਪਾਂ ਇਸ ਟਾਈਮ ਟ੍ਰੇਨ 'ਚ ਆ, ਬਾਕੀ ਵਲੋਗ ਬਾਅਦ 'ਚੋਂ ਕਰਾਂਗੇ ਆਪਾਂ, ਕੋਈ ਗੱਲਬਾਤ ਆ ਜਾਵੇ ਇਹਦਾ। ਸੋ ਰੰਧਾਵਾ ਸਾਹਿਬ ਵੀ ਫੋਨ 'ਚ ਜੁਟੇ ਹੋਏ ਨੇ ਪੂਰੇ, ਅਤੇ ਇੱਧਰ ਉਹ ਵੀ ਜੁਟੇ ਹੋਏ ਨੇ, ਥੱਲੇ ਭਾਜੀ ਹੋਣੀ ਪੂਰੇ, ਅਤੇ ਆ ਇੱਕ ਟੈਨਸ਼ਨ ਹੈ ਕਿ 11 ਵਜੇ ਆ ਬੰਦ ਹੋ ਜਾਣਾ ਵਾ, ਉਹ ਆਪਾਂ ਨਾ ਫੋਨ ਚਲਾ ਸਕਦੇ ਰਾਤ ਨੂੰ, ਔਖਾ ਹੋ ਜਾਣਾ ਥੋੜ੍ਹਾ ਜਿਹਾ। ਬਾਕੀ ਮੇਰੇ ਫੋਨ ਦੀ ਤਾਂ ਬੈਟਰੀ ਬੈਕਅਪ ਬਹੁਤ ਆ, ਕੱਢ ਜਾਣਾ ਸਵੇਰ ਤੱਕ ਆਰਾਮ ਨਾਲ। ਸਾਬੀ ਦੀ ਵੀ ਹੈਗੀ ਤਕਰੀਬਨ, ਐਸ ਪੀ ਦਾ ਫੋਨ ਆ, ਜੇ ਥੋੜ੍ਹਾ ਜੇ ਕੋਈ ਸਪੋਂਸਰ ਲੱਭ ਜੇ ਤਾਂ ਬਹੁਤ ਬਹੁਤ ਮਿਹਰਬਾਨੀ, ਅਤੇ ਨਹੀਂ ਤਾਂ ਫਿਰ ਅਗਲੇ ਮਹੀਨੇ ਤਾਂ ਫਿਰ ਇਹਦਾ ਵਸਾ ਲਿਆ ਹੀ ਦੇਣਾ, ਉਸ ਤੋਂ ਪਹਿਲਾਂ ਜੇ ਕੋਈ ਸੇਵਾ ਲੁੱਟਣਾ ਚਾਹੇ ਤਾਂ ਲੁੱਟ ਸਕਦਾ, ਸਹੀ ਗੱਲ ਕਿ ਨਹੀਂ। ਚਲੋ ਬਾਕੀ ਵਲੋਗ ਬਾਅਦ 'ਚ ਬਣਾਉਂਦੇ। ਮੁੰਡੇ ਜੀਓ, ਲਓ ਵੀ ਸ਼ੋਪਿੰਗ ਕਰ ਲਿਆ, ਆਪਾਂ ਪਹੁੰਚ ਗਏ ਅੰਬਾਲੇ, ਅਤੇ ਮੁੰਡੇ ਸ਼ੋਪਿੰਗ ਕਰ ਰਹੇ ਆ, ਆਪਣਾ ਕੋਕ ਵਗੈਰਾ ਜਿਹੜਾ ਸਿਸਟਮ ਹੈਗਾ ਸੀ ਲਿਆ ਇਹ ਨਾਲ, ਹੋਰ ਵੀ ਆਉਂਦਾ ਸਮਾਨ ਵੀ ਲਿਆ ਵਾ, ਬੰਦਾ ਵੀ ਲਿਆ ਵਾ ਜੀ, ਬੰਦਾ ਤੁਸੀਂ ਨਾਲ ਲੈ ਗਏ ਆ, ਆ ਗਿਆ ਖਾਣ ਪੀਣ ਵਾਲਾ ਸਿਸਟਮ ਜਿਹਾ। ਹਾਂਜੀ ਤਾਂ ਬਾਬੇ ਉਹ ਵਲੋਗ ਦੀ ਕਰਦੇ ਹਾਂ ਆਪਾਂ ਫਿਰ ਇੱਥੇ ਐਂਡਿੰਗ, ਮੁੰਡੇ ਸਾਰੇ ਜਣੇ ਅੱਗੇ ਅੱਗੇ ਹੋ ਜਾਓ, ਵਲੋਗ ਦੀ ਕਰਦੇ ਬਾਬੇ ਫਿਰ ਇੱਥੇ ਐਂਡਿੰਗ। ਤੁਹਾਨੂੰ ਸਾਰਿਆਂ ਨੂੰ ਵਲੋਗ ਬਹੁਤ ਵਧੀਆ ਲੱਗਿਆ ਹੋਊਗਾ, ਪਹਿਲੀ ਵਾਰ ਆਪਾਂ ਕੋਈ ਨੌਲੇਜੇਬਲ ਜਿਹਾ ਵਲੋਗ ਬਣਾਇਆ ਜਿਹਦੇ ਵਿੱਚ ਕੋਈ ਦੱਸਿਆ ਹੋਵੇ ਵਧੀਆ ਚੀਜ਼ਾਂ ਕਿ ਹਾਂ ਵੀ ਕਿ ਟ੍ਰੇਨ ਦਾ ਸਫ਼ਰ ਜਾਂ ਤੁਸੀਂ ਅਫੋਰਡ ਕਰ ਸਕਦੇ, ਬਹੁਤ ਠੀਕ ਆ, ਸਸਤਾ ਵਾ, 5,000 ਦੇ ਵਿੱਚ ਬਹੁਤ ਵਧੀਆ ਸਿਸਟਮ ਆਪਾਂ ਨੂੰ ਮਿਲ ਗਿਆ, ਅਤੇ ਬਹੁਤ ਵਧੀਆ ਸੀਗਾ ਟ੍ਰੇਨ ਦਾ ਸਫ਼ਰ, ਇਸ ਟਾਈਮ ਫਿਲਹਾਲ ਬਹੁਤ ਵਧੀਆ ਜਾਣ ਡਿਆ, 12 ਵੱਜ ਗਏ ਆ, ਹੁਣ ਲੱਗੇ ਸੌਣ, ਫਿਰ ਸਵੇਰੇ ਕੱਲ੍ਹ ਨੂੰ ਨਵਾਂ ਵਲੋਗ ਸ਼ੁਰੂ ਕਰਾਂਗੇ, ਅਤੇ ਵਲੋਗ ਮੈਂ ਕਿਹਾ ਜ਼ਿਆਦਾ ਵੱਡਾ ਨਾ ਕਰੀਏ। ਸੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਮਿਲਦੇ ਹਾਂ ਨਵੇਂ ਵਲੋਗ 'ਚ, ਗੋਆ ਜਾ ਕੇ, ਬਾਏ ਬਾਏ, ਟੇਕ ਕੇਅਰ।